ਸਾਡੇ ਜੁਰਿਸਡਿਕਸ਼ਨ ਦੇ ਵਿੱਚ ਇੱਕ ਬੰਦੇ ਨੂੰ ਐਕਸਟੋਰਸ਼ਨ ਕਾਲ ਕਰਕੇ ਉਹਨੂੰ ਫਿਰੌਤੀ ਮੰਗੀ ਔਰ ਇਹ ਧਮਕੀ ਦਿੱਤੀ ਜੇ ਕਿ ਜੇਕਰ ਫਿਰੌਤੀ ਦੀ ਜਿਹੜੀ ਰਕਮ ਹੈ ਅਗਰ ਉਹ ਨਹੀਂ ਪਾਈ ਗਈ ਤਾਂ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਕਰਨਗੇ। ਸਾਡੇ ਇਹ ਜੋ ਨੌਜਵਾਨ ਹੈ ਇਹਨਾਂ ਦੀ ਸਾਰਿਆਂ ਦੀ ਉਮਰ ਕਰੀਬ 19-22 ਸਾਲ ਦੇ ਵਿੱਚ ਹੈ। ਇਹਨਾਂ ਨੂੰ ਲੋਕ ਦੇ ਦਿੰਦੇ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇਣਗੇ, ਤੁਹਾਨੂੰ ਬਾਹਰ ਲੈ ਜਾਏਂਗੇ, ਪਰ ਜਿਹੜਾ ਇਹਨਾਂ ਨੂੰ ਪੈਸੇ ਹੈ ਉਹ ਬਹੁਤ ਪੈਟੀ ਮਿਲਦੇ ਹੈ। ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਆਪਣੇ ਤੱਕ ਇਹ ਗੱਲ ਲੁਕੋ ਕੇ ਨਹੀਂ ਰੱਖਣੀ ਹੈ ਕਿ ਤੁਹਾਨੂੰ ਕੋਈ ਐਕਸਟੋਰਸ਼ਨ ਕਾਲ ਆਈ ਹੈ। ਕਪੂਰਥਲਾ ਪੁਲਿਸ ਨੇ ਆਪਣੀ ਜਿਹੜੀ ਔਰਗਨਾਈਜ਼ਡ ਕ੍ਰਾਈਮ ਦੇ ਖਿਲਾਫ ਮੁਹਿੰਮ ਹੈ ਉਹਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੋਈ ਹੈ। ਅਸੀਂ ਕਪੂਰਥਲਾ ਦੇ ਏਰੀਏ ਦੇ ਵਿੱਚ ਐਕਸਟੋਰਸ਼ਨ ਕਾਲ ਕਰਕੇ ਫਿਰੌਤੀ ਮੰਗਣ ਵਾਲੇ ਇੱਕ ਗਰੁੱਪ ਨੂੰ ਬਸਤ ਕੀਤਾ ਹੈ। ਇਹ ਗਰੁੱਪ ਲਖਵੀਰ ਲੰਡਾ ਜਿਹੜਾ ਬਾਹਰ ਬੈਠਾ ਹੈ, ਗੈਂਗਸਟਰ ਵੀ ਹੈ, ਟੈਰਰਿਸਟ ਵੀ ਹੈ, ਉਹਦੇ ਥਰੂ ਇੱਕ ਬੰਦਾ ਹਰਜੀਤ ਭੰਡਾਲ ਜਿਹੜਾ UK ਰਹਿੰਦਾ ਹੈ ਔਰ ਉਹਦਾ ਸਾਥੀ ਹੈ, ਉਹਨੇ ਇੱਥੇ ਆਪਣੇ ਫੁੱਟ ਸੋਲਜਰਸ ਕਪੂਰਥਲਾ ਔਰ ਜਲੰਧਰ ਦੇ ਏਰੀਏ ਦੇ ਵਿੱਚ ਹਾਇਰ ਕੀਤੇ। ਹਾਇਰ ਕਰਕੇ ਇੱਕ ਸਾਡੇ ਜੁਰਿਸਡਿਕਸ਼ਨ ਦੇ ਵਿੱਚ ਇੱਕ ਬੰਦੇ ਨੂੰ ਐਕਸਟੋਰਸ਼ਨ ਕਾਲ ਕਰਕੇ ਉਹਨੂੰ ਫਿਰੌਤੀ ਮੰਗੀ ਔਰ ਇਹ ਧਮਕੀ ਦਿੱਤੀ ਜੇ ਕਿ ਜੇਕਰ ਫਿਰੌਤੀ ਦੀ ਜਿਹੜੀ ਰਕਮ ਹੈ ਅਗਰ ਉਹ ਨਹੀਂ ਪਾਈ ਗਈ ਤਾਂ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਕਰਨਗੇ। ਇਸ ਦੇ ਤਹਿਤ ਉਹਨਾਂ ਨੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਵੀ ਕੀਤੀ ਔਰ ਫਾਇਰਿੰਗ ਕਰਨ ਤੋਂ ਬਾਅਦ ਉਹ ਉੱਥੇ ਦੌੜ ਗਏ। ਸੋ ਕਪੂਰਥਲਾ ਦੀ ਟੀਮ ਨੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਦੇ ਨਾਲ ਮਿਲ ਕੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਜਿਹਦੇ ਵਿੱਚ ਅਸੀਂ 12 ਬੰਦੇ ਗ੍ਰਿਫਤਾਰ ਕੀਤੇ ਹੈ। ਜਿਹੜੇ ਮੁੱਖ ਬੰਦੇ ਹੈ ਉਹ ਇੱਕ ਹੈ ਜਸਵੀਰ ਸਿੰਘ ਜੱਸਾ, ਗਿੱਲਾਂ ਪਿੰਡ ਨਕੋਦਰ ਦਾ ਰਹਿਣ ਵਾਲਾ। ਦੂਜਾ ਬੰਦਾ ਹੈਗਾ ਮਨਿੰਦਰ ਸਿੰਘ ਉਰਫ ਹਰਬੰਸ ਸਿੰਘ, ਇਹ ਲਾਂਬੜਾ ਚਿੱਟੀ ਪਿੰਡ ਦਾ ਰਹਿਣ ਵਾਲਾ ਹੈ। ਤੀਜਾ ਬੰਦਾ ਹੈ ਗੁਰਜੀਤ ਸਿੰਘ ਉਰਫ ਗਿਆਨੀ, ਇਹ ਵੀ ਨਕੋਦਰ ਦਾ ਰਹਿਣ ਵਾਲਾ ਹੈ। ਇਹਦਾ ਮੁਹੱਲਾ ਹੈ ਕਮਾਲਪੁਰਾ। ਇਹਦੇ ਵਿੱਚ ਤੁਸੀਂ ਤੁਹਾਨੂੰ ਜਾਣਕਾਰੀ ਦੇ ਵਿੱਚ ਮੈਂ ਇਹ ਦੱਸਣਾ ਹੈ ਕਿ ਜਿਹੜਾ ਮਨਿੰਦਰ ਸਿੰਘ ਹੈ ਔਰ ਹਰਬਨ ਸਿੰਘ, ਇਹ ਜਿਹੜਾ ਮੇਨ ਆਪਰੇਟਿਵ ਹੈ ਕੌਨਸਪਰੇਸੀ ਦਾ ਪਲੈਨਰ ਹਰਜੀਤ ਭੰਡਾਲ ਉਹਦਾ ਭਰਾ ਹੈ, ਹੈ ਨਾ। ਇਹ ਵੀ ਕੌਨਸਪਰੇਸੀ ਦਾ ਪਾਰਟ ਹੈ ਔਰ ਉਹਦੇ ਜਿੰਨੇ ਪੈਸੇ ਹੈ ਔਰ ਜੋ ਵੀ ਪ੍ਰੋਸੀਡਸ ਆਫ ਦਾ ਕ੍ਰਾਈਮ ਹੈ ਉਹ ਇਹ ਉਹਨਾਂ ਦਾ ਭਾਗੀਦਾਰ ਹੈ। ਇਸ ਤੋਂ ਇਲਾਵਾ ਇਹਨਾਂ ਦੇ ਸਾਥੀ ਜਿੱਥੋਂ ਇਹਨਾਂ ਨੇ ਵੈਪਨ ਰਿਕਵਰ ਕੀਤੇ ਹੈ, ਅਸੀਂ ਇਸ ਆਪਰੇਸ਼ਨ ਦੇ ਦੌਰਾਨ 3 ਵੈਪਨ ਰਿਕਵਰ ਕੀਤੇ ਹੈ। ਇੱਕ ਪਿਸਟਲ ਹੈ 7.6 mm 26 ਰਾਊਂਡ ਕੇ ਸਾਥ, ਦੂਜਾ ਇੱਕ 32 ਬੋਰ ਕਾ ਦੇਸੀ ਕੱਟਾ ਔਰ ਇੱਕ 7.62 mm ਅਸੀਂ ਇਹ ਪਿਸਟਲ ਇਹ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ਅਸੀਂ ਬਰਾਮਦ ਕੀਤੇ ਹੈ 2, ਜਿਹੜੇ ਕਿ ਕ੍ਰਾਈਮ ਦੇ ਦੌਰਾਨ ਇਸਤੇਮਾਲ ਹੋਏ ਹੈ ਔਰ ਇਸਕੇ ਇਲਾਵਾ ਇਹਨਾਂ ਤੋਂ ਮੋਬਾਈਲ ਫੋਨ, ਸਿਮ ਇਸਤੇਮਾਲ ਔਰ ਜੋ ਵੀ ਇਹਨਾਂ ਦਾ ਮੋਬਾਈਲ ਅਸੀਂ ਰਿਕਵਰ ਕੀਤੇ ਹੈ ਜਿਹਨਾਂ ਤੋਂ ਇਹ ਕ੍ਰਾਈਮ ਕੀਤਾ ਗਿਆ ਔਰ ਜਿਸ ਤੋਂ ਵੀਡੀਓ ਕੀ ਰਿਕਾਰਡਿੰਗ ਵੀ ਕੀਤੀ ਗਈ ਹੈ। ਬੇਸਿਕ ਮੋਡਸ ਓਪਰੈਂਡੀ ਇਹ ਹੈ ਇਹਨਾਂ ਦਾ ਕਿ ਲਖਵੀਰ ਲੰਡਾ ਟਾਰਗੇਟ ਦਿੰਦਾ ਹੈ ਕਿ ਇਹ ਫਲਾਣਾ ਬੰਦੇ ਹੈ ਜਿਹੜੇ ਜਿੱਥੇ ਅਸੀਂ ਫਿਰੌਤੀ ਜਾਂ ਰਕਮ ਮੰਗਣੀ ਹੈ। ਹਰਜੀਤ ਭੰਡਾਲ ਫਿਰ ਆਪਣੀ ਜਿਹੜੀ ਫੋਰਸ ਹੈ ਗਰਾਊਂਡ ਸੋਲਜਰ, ਇੱਦਾਂ ਦੇ ਮਾੜੇ ਬੰਦੇ ਜਿਨ੍ਹਾਂ ਤੋਂ ਪਹਿਲੇ ਵੀ ਪਰਚੇ ਦਰਜ ਹੈ ਜਾਂ ਜੋ ਵੈਪਨ ਚਲਾ ਲੈਂਦੇ ਹੈ ਜਾਂ ਜਿਨ੍ਹਾਂ ਦਾ ਕੋਈ ਕਮ ਪ੍ਰੋਫਾਈਲਿੰਗ ਪੁਲਿਸ ਦੇ ਵਿੱਚ ਪ੍ਰੋਫਾਈਲ ਬਹੁਤ ਪੁਖਤਾ ਨਹੀਂ ਹੈ ਜਾਂ PO ਹੈ ਜਾਂ ਭਗੌੜੇ ਹੈ ਜਾਂ ਜੇਲ੍ਹ ਤੋਂ ਰਹਿ ਕੇ ਆਏ, ਉਹਨਾਂ ਨੂੰ ਹਾਇਰ ਕਰਕੇ ਉਹਨਾਂ ਨੂੰ ਪੈਸੇ ਦਾ ਲੋਭ ਦਿੰਦਾ ਹੈ ਕਿ ਤੁਸੀਂ ਮੈਂ ਤੁਹਾਨੂੰ ਇੰਨੇ ਪੈਸੇ ਦੇਣਾ ਹੈ, ਤੁਹਾਨੂੰ ਬਾਹਰ ਲੈ ਕੇ ਆਉਣਾ ਹੈ, ਤੁਸੀਂ ਸਾਡੇ ਵਾਸਤੇ ਇਹ ਕੰਮ ਕਰੋ। ਫਿਰ ਉਹ ਉਹਨਾਂ ਨੂੰ ਵੈਪਨ ਮੁਹੱਈਆ ਕਰਾਉਂਦਾ ਹੈ ਕਿਸੇ ਤੀਜੇ ਬੰਦੇ ਤੋਂ ਔਰ ਕਿਸੇ ਚੌਥੇ ਬੰਦੇ ਤੋਂ ਬਾਈਕ ਮੁਹੱਈਆ ਕਰਾਉਂਦਾ ਹੈ। ਇਹ ਸਾਰੇ ਬੰਦੇ ਆਪਸ ਮੇਂ ਇੱਕ ਦੂਸਰੇ ਨੂੰ ਨਹੀਂ ਜਾਣਦੇ ਹੈ ਕਿਉਂਕਿ ਮੇਨ ਆਪਰੇਟਿਵ ਜਿਹੜਾ ਹੈਗਾ ਉਹ ਹੈ ਹਰਜੀਤ ਭੰਡਾਲ।
ਉਹ ਸਾਰਾ ਦਾ ਸਾਰਾ ਜੋ ਮੇਨ ਇਹਨਾਂ ਦਾ ਓਪਰੇਟਿਵ ਕੌਨਸਪਰੇਸੀ ਹੈ, ਪਲੈਨਿੰਗ ਉਹੀ ਕਰਦਾ ਹੈ। ਇਹਨਾਂ ਦਾ ਕੰਮ ਬੇਸਿਕਲੀ ਐਗਜ਼ੀਕਿਊਸ਼ਨ ਹੈ। ਤੋ ਜਿਤਨੇ ਵੀ ਫੁੱਟ ਸੋਲਜਰ ਹੈ ਇਹ ਲੰਡਾ ਗਰੁੱਪ ਕੇ ਜੋ ਸਾਡੇ ਏਰੀਏ ਦੇ ਵਿੱਚ ਓਪਰੇਟ ਕਰਦੇ ਸੀ, ਅਸੀਂ ਹੁਣ 12 ਬੰਦੇ ਨਾਮਜ਼ਦ ਕੀਤੇ ਹੈ, ਅਰੈਸਟ ਕੀਤੇ ਹੈ। ਸਾਰਿਆਂ ਦੇ ਖਿਲਾਫ ਪਰਚੇ ਵੱਖ ਵੱਖ ਦਰਜ ਹੈ। ਇਹਨਾਂ ਤੋਂ ਅਸੀਂ ਇੱਕ ਸਾਡੀ ਇਹਨਾਂ ਦੇ ਵਿੱਚ 3 ਬੰਦੇ ਅਸੀਂ ਇੱਦਾਂ ਦੇ ਵੀ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਨੇ ਪਹਿਲੇ ਵੀ ਸਾਡੇ ਏਰੀਏ 'ਚ ਗੱਡੀਆਂ ਦੀ ਖੋਹ ਕੀਤੀ ਹੋਈ ਹੈ। ਇਹ ਹੈ ਸੁਖਪ੍ਰੀਤ ਸਿੰਘ ਉਰਫ ਸੁੱਕਾ, ਹਰਜੀਤ ਸਿੰਘ ਉਰਫ ਬਾਕੂ ਬਾਰੂ ਔਰ ਵਿਸ਼ਾਲ ਸਿੰਘ ਉਰਫ ਬਿੱਲੀ। ਇਹ ਬੰਦੇ ਸਾਡੇ ਏਰੀਏ ਦੇ ਵਿੱਚ ਅਕਟੂਬਰ ਦੇ ਮਹੀਨੇ ਦੇ ਵਿੱਚ ਔਰ ਸਪਟੰਬਰ ਦੇ ਵਿੱਚ ਜੋ ਗੱਡੀਆਂ ਦੀ ਖੋਹ ਹੋਈ ਹੈ ਜੋ ਕਿ ਅਗੇਨ ਕ੍ਰਾਈਮ ਦੇ ਵਿੱਚ ਇਸਤੇਮਾਲ ਹੁੰਦੀ ਹੈ, ਇਹਨਾਂ ਨੇ ਸਪਟੰਬਰ ਦੇ ਵਿੱਚ ਸ਼ੇਖੋਪੁਰ ਮੇਂ ਇੱਕ ਗੱਡੀ ਖੋਹ ਕੀਤੀ ਸੀ। ਤੋ ਇਹ ਵੀ ਨਿਕਲ ਕੇ ਆਈ ਹੈ। ਜਸਵੀਰ ਸਿੰਘ ਜੱਸਾ ਜਿਹੜਾ ਹੈਗਾ ਇਹ ਕਰੀਬ ਕਰੀਬ 8 ਕੇਸਿਸ ਦੇ ਵਿੱਚ ਪੀਓ ਹੈਗਾ। ਇਹਨੇ ਜਲੰਧਰ ਔਰ ਕਪੂਰਥਲਾ ਦੇ ਏਰੀਏ ਦੇ ਵਿੱਚ ਬਹੁਤ ਸਾਰੀ ਵਾਰਦਾਤਾਂ ਕੀਤੀਆਂ ਜਿੱਥੇ ਆਮ ਸੈਟ ਕੇ ਪਰਚੇ ਦਰਜ ਹੈ। ਲੁੱਟਾ ਖੋਹ, ਸਨੈਚਿੰਗ ਔਰ ਚੋਰੀਆਂ ਇਹ ਸਾਰੇ ਇਨਵੋਲਵ ਹੈਗੇ। ਤੋ ਇਹਨਾਂ ਨੇ ਸਾਰਿਆਂ ਨੇ ਆਪਣਾ ਸਿੰਡੀਕੇਟ ਬਣਾਇਆ ਹੈ। ਪੰਜਾਬ ਕੇ ਵੱਖ ਵੱਖ ਡਿਸਟ੍ਰਿਕਟ ਸੇ ਅਸੀਂ ਇਹ ਬੰਦੇ ਰਾਊਂਡ ਅਪ ਕੀਤੇ ਹੈ ਔਰ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਮਤਲਬ ਇਹਨਾਂ ਦੇ ਖਿਲਾਫ ਸਖ਼ਤ ਸੇ ਸਖ਼ਤ ਕਾਰਵਾਈ ਕੀਤੀ ਜਾਵੇ। ਮੈਮ ਜਿੱਦਾਂ ਤੁਸੀਂ ਦੱਸਿਆ ਕਿ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਸੀ, ਇਹ ਜਿੰਨਾ ਗੈਂਗ ਸੀ ਇਹਨਾਂ ਨੂੰ ਕਿੰਨੇ ਪੈਸੇ ਆਫਰ ਕਰਦੇ? ਦੇਖਿਏ ਇਹਨਾਂ ਨੂੰ ਤਾਂ ਬਹੁਤ ਪੈਟੀ ਅਮਾਊਂਟ ਇਹ ਆਫਰ ਕਰਦੇ ਹੈ। ਹੁਣ ਤੱਕ ਜਿਹੜੀ ਸਾਡੀ ਇੰਟਰੋਗੇਸ਼ਨ ਆਈ ਹੈ ਉਹਨਾਂ ਨੂੰ ਸਿਰਫ 7,000 ਰੁਪਇਆ ਦਿੱਤੇ ਗਏ ਹੈ ਨਾ। ਤੋ ਬੇਸਿਕਲੀ ਇਹ ਜਿਹੜੇ ਸਾਡੇ ਇਹ ਜੋ ਨੌਜਵਾਨ ਹੈ ਇਹਨਾਂ ਦੀ ਸਾਰਿਆਂ ਦੀ ਉਮਰ ਕਰੀਬ 19-22 ਸਾਲ ਦੇ ਵਿੱਚ ਹੈ। ਇਹਨਾਂ ਨੂੰ ਲੋਭ ਦੇ ਦਿੰਦੇ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇਣਗੇ, ਤੁਹਾਨੂੰ ਬਾਹਰ ਲੈ ਜਾਏਂਗੇ, ਪਰ ਜਿਹੜਾ ਇਹਨਾਂ ਨੂੰ ਪੈਸੇ ਹੈ ਉਹ ਬਹੁਤ ਪੈਟੀ ਮਿਲਦੇ ਹੈ ਔਰ ਇਹ ਸਾਰੇ ਇਸ ਕੇਸ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਰਲ ਕੇ ਔਰ ਨਾ ਸਾਰੇ ਜਿਹੜੇ ਹੀਨਸ ਕ੍ਰਾਈਮ ਕੇ ਭਾਗੀਦਾਰ ਬਣ ਜਾਂਦੇ ਹੈ। ਮੈਂ ਇੱਕ ਕੰਮ ਜਦੋਂ ਕਰਦੇ ਸੀ ਜਦੋਂ ਪਹਿਲਾਂ ਦੱਸਿਆ ਕਿ ਹਰ ਬੰਦੇ ਦਾ ਆਪਣਾ ਰੋਲ ਸੀ, ਕਿਸੇ ਨੇ ਫਾਇਰਿੰਗ ਕਰਨੀ ਸੀ, ਉਹ ਕਿਸ ਤਰ੍ਹਾਂ ਕੰਮ ਕਰਦੇ ਸੀ? ਉਹ ਮੋਡਲ ਸੁਪਰੈਂਡੀ ਇਹ ਹੈ ਕਿ ਇੱਕ ਬੰਦਾ ਹੈ ਹਰਜੀਤ ਬੰਡਾਲ ਜਾਂ ਕੋਈ ਇੱਕ ਜਿਹੜਾ ਮੇਨ ਇਹਨਾਂ ਮਾਸਟਰ ਮਾਈਂਡ ਹੈ, ਓਪਰੇਟਿਵ ਹੈ, ਉਹ 10 ਬੰਦੋਂ ਨੂੰ ਇਕੱਠਾ ਕਰਦਾ ਹੈ ਕਿ ਤੁਹਾਨੂੰ ਤੁਸੀਂ ਕਾਲ ਕਰਨੀ ਹੈ। ਇੱਕ ਬੰਦਾ ਜਾਏਗਾ ਉਹ ਬੱਸ ਸਟੈਂਡ ਪਹਿਲੇ ਰੈਕੀ ਕਰਕੇ ਆਊਗਾ ਘਰ ਦੇ ਵਿੱਚ ਕਿ ਕਿੱਥੇ ਜਾ ਕੇ ਫਾਇਰਿੰਗ ਕਰਨੀ ਹੈ। ਤੀਜਾ ਦੂਜਾ ਬੰਦਾ ਜਾਏਗਾ ਬਾਈਕ ਲੈ ਕੇ ਜਾਏਗਾ, 3 ਬੰਦੋਂ ਕੋ ਔਰ ਲੈ ਕੇ ਆਏਗਾ ਬੱਸ ਸਟੈਂਡ ਸੇ। ਬਾਈਕ ਦੇ ਵਿੱਚ 3 ਬੰਦੇ ਬੈਠ ਕੇ ਆਉਣਗੇ, ਆਉਣੇ ਕੇ ਬਾਅਦ ਇੱਕ ਬੰਦਾ ਗੱਡੀ ਚਲਾਊਗਾ ਬਾਈਕ, ਇੱਕ ਬੰਦਾ ਫਾਇਰਿੰਗ ਕਰੇਗਾ ਔਰ ਤੀਜਾ ਬੰਦਾ ਵੀਡੀਓ ਬਣਾਏਗਾ। ਵੀਡੀਓ ਇਸ ਕਰਕੇ ਬਣਾਉਂਦੇ ਹੈ ਕਿਉਂਕਿ ਸਬੂਤ ਕੀ ਹੈ ਕਿ ਤੁਸੀਂ ਜਿਹੜਾ ਓਪਰੇਸ਼ਨ ਉਹਨਾਂ ਨੇ ਦਿੱਤਾ ਹੈ ਉਹ ਤੁਸੀਂ ਐਗਜ਼ੀਕਿਊਟ ਕੀਤਾ ਹੈ। ਤੋ ਵੀਡੀਓ ਬਣਾ ਕੇ ਫਿਰ ਇਹ ਵਾਪਸ UK ਜਾਂ US ਭੇਜਦੇ ਹੈ ਕਿ ਜਿਹੜਾ ਕੰਮ ਤੁਸੀਂ ਸਾਨੂੰ ਦਿੱਤਾ ਹੈ ਟਾਰਗੇਟ ਉਹ ਅਸੀਂ ਕੰਪਲੀਟ ਕਰ ਲਿਆ, ਕਿਉਂਕਿ ਉਹਦੇ ਬਾਅਦ ਹੀ ਪੈਸੇ ਪੈਣੇ ਹੈ। ਔਰ ਜਿਹੜਾ ਮੋਡ ਆਫ ਪੇਮੈਂਟ ਹੈ ਇਹਨਾਂ ਦਾ ਇਹ ਪੇਟੀਐਮ ਹੈ ਔਰ ਗੂਗਲ ਪੇ ਕੇ ਥਰੂ ਇਹ ਇਹਨੂੰ ਇੱਕ ਦੂਸਰੇ ਨੂੰ ਪੇ ਕਰਦੇ ਹੈ। ਜਿਹੜਾ ਇੱਕ ਤੁਸੀਂ ਦੱਸਿਆ ਜਸਵੀਰ ਜੱਸਾ ਜਿਹੜਾ ਕਿ ਲੁੱਟਣ ਵਾਸਤੇ ਕੁਝ ਸਪੈਸ਼ਲ ਠਹਿਰਾਵ ਕਰਦਾ ਸੀ, ਇਹ ਨਾ ਇਹਦੇ ਜਿੰਨੇ ਫਰੈਂਡਸ ਹੈ ਨੋਨ ਹੈ ਜਿਹੜੇ ਜੇਲ੍ਹ ਦੇ ਵਿੱਚ ਰਹਿ ਕੇ ਆਉਂਦਾ ਹੈ ਉਹ ਇੱਕ ਨੂੰ ਫੋਨ ਕਰਦਾ ਹੈ ਕਿ ਅਸੀਂ ਇੱਥੇ ਆ ਰਹੇ ਹਾਂ, ਸਾਡੇ ਪਿੱਛੇ ਪੁਲਿਸ ਪਈ ਹੋਈ ਹੈ, ਤੁਸੀਂ ਸਾਨੂੰ ਰਹਿਣ ਦਾ ਠਿਕਾਣਾ ਦਿਓ। ਤੋ ਇਹ ਨਹੀਂ ਹੈ ਕਿ ਇਹ ਆਪਣੇ ਸਟੇਟ ਦੇ ਵਿੱਚ ਹੀ ਲੁਕੇ ਰਹੇ ਹੈ, ਇਹਨਾਂ ਦਾ ਕੁਛ ਕੁਛ ਠਹਿਰਾ ਹੈ ਦੂਸਰੇ ਸਟੇਟ ਦੇ ਵਿੱਚ ਵੀ ਰਿਹਾ ਹੈ, ਜੋ ਸਾਡੀ ਨੇਬਰਿੰਗ ਸਟੇਟ ਹੈ ਹਰਿਆਣਾ, ਇਹ ਜਾ ਕੇ ਉੱਥੇ ਇਹਨਾਂ ਦੇ ਸਾਥੀ ਹੈ, ਇਹ ਉੱਥੇ ਜਾ ਕੇ ਲੁਕ ਜਾਂਦੇ ਹੈ ਔਰ ਜਬ ਇਹ ਦੇਖਦੇ ਹੈ ਕਿ ਪੁਲਿਸ ਕੀ ਕਾਰਵਾਈ ਹੁਣ ਥੋੜੀ ਧੀਮੀ ਪੈ ਗਈ ਹੈ ਤੋ ਇਹ ਵਾਪਸ ਆ ਜਾਂਦੇ ਹੈ ਔਰ ਵਾਪਸ ਫਰਦਰ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦੇ ਹੈ। ਆਖਰੀ ਸਵਾਲ ਹੈ ਕਿੰਨੇ ਟਾਰਗੇਟ ਸੀਗੇ ਔਰ ਕਿੰਨੇ ਹੁਣ ਤੱਕ? ਅਸੀਂ ਇਹ ਆਈਡੈਂਟੀਫਾਈ ਇਹ ਕਹਿ ਰਹੇ ਹਾਂ ਕਿ ਅਸੀਂ ਇਹਨਾਂ ਨੂੰ 2 ਟਾਰਗੇਟ ਦਿੱਤੇ ਸੀ, ਇੱਕ ਅਸੀਂ ਬਸਟ ਕਰ ਲਿਆ ਹੈ ਕਿ ਸਾਨੂੰ ਪਤਾ ਲੱਗਿਆ ਹੈ ਕਿ ਕਿਹੜੇ ਬੰਦੇ ਨੂੰ ਕੰਪਲੇਨ ਆਈ ਹੈ, ਦੂਸਰੀ ਅਸੀਂ ਵੈਰੀਫਾਈ ਕਰ ਰਹੇ ਹਾਂ, ਸਾਡੇ ਕੋਲ ਇਹਨਾਂ ਦਾ 4 ਦਿਨ ਦਾ ਡਿਮਾਂਡ ਹੈ, ਫਰਦਰ ਅਸੀਂ ਇਹਨਾਂ ਦਾ ਰਿਮਾਂਡ ਲੈਣਗੇ ਔਰ ਫਰਦਰ ਕੁਛ ਕਰਕੇ ਫਿਰ ਦੂਜਾ ਵੀ ਪਤਾ ਕਰੇਂਗੇ।
ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਆਪਣੇ ਤੱਕ ਇਹ ਗੱਲ ਲੁਕੋ ਕੇ ਨਹੀਂ ਰੱਖਣੀ ਹੈ ਕਿ ਤੁਹਾਨੂੰ ਕੋਈ ਐਕਸਟ੍ਰੋਸ਼ਨ ਕਾਲ ਆਈ ਹੈ। ਤੁਸੀਂ ਪੁਲਿਸ ਨੂੰ ਅਪਰੋਚ ਕਰੋ, ਤੁਸੀਂ ਥਾਣੇਦਾਰ ਨੂੰ ਅਪਰੋਚ ਕਰ ਸਕਦੇ ਹੋ, DSP ਸਾਹਿਬ ਨੂੰ ਅਪਰੋਚ ਕਰ ਸਕਦੇ ਹੋ, ਮੈਨੂੰ ਵੀ ਅਪਰੋਚ ਕਰ ਸਕਦੇ ਹੋ। ਤੁਸੀਂ ਆ ਕੇ ਸਾਨੂੰ ਦੱਸੋ ਕਿ ਤੁਹਾਨੂੰ ਕੋਈ ਥ੍ਰੈਟ ਕਾਲ ਆਈ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਬੰਦਾ ਵੀ ਤੁਹਾਨੂੰ ਥ੍ਰੈਟ ਕਾਲ ਕਰਦਾ, ਪਹਿਲਾਂ ਗੱਲ ਤਾਂ ਉਹਨੂੰ ਟਰੇਸ ਕਰਕੇ ਫੜ ਕੇ ਅੰਦਰ ਦੇਈਏ। ਔਰ ਇਸ ਤੋਂ ਇਲਾਵਾ ਅਸੀਂ ਤੁਹਾਡੀ ਸੁਰੱਖਿਆ ਲਈ ਵੀ ਪੂਰੇ ਪ੍ਰਬੰਧ ਕਰਦੇ ਹਾਂ, ਇਸ ਕਰਕੇ ਡਰਨ ਦੀ ਲੋੜ ਨਹੀਂ ਹੈ। ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਪੂਰੀ ਸੁਰੱਖਿਆ ਕੇ ਤਹਿਤ ਮਤਲਬ ਪੂਰਾ ਸਪੋਰਟ ਕਰਾਂਗੇ, ਔਰ ਜਿੰਨੀ ਜਲਦ ਤੋਂ ਜਲਦ ਅਸੀਂ ਇਹ ਕ੍ਰਾਈਮ ਟ੍ਰੇਸ ਵੀ ਕਰਾਂਗੇ। 12 ਬੰਦੇ ਅਸੀਂ ਜਲੰਧਰ, ਸੰਗਰੂਰ ਸੇ ਫੜੇ ਹੈ, ਕੁਛ ਲਾਂਬੜਾ ਸੇ, ਕੁਛ ਸ਼ਾਹਕੋਟ, ਕੁਛ ਕਪੂਰਥਲੇ, ਅਲੱਗ ਅਲੱਗ ਡਿਸਟ੍ਰਿਕਟ ਸੇ ਫੜੇ। ਫਾਇਰਿੰਗ ਇਨਸੀਡੈਂਟ ਇਸ ਅੰਦਰ 10 ਮਾਰਚ ਤੇ ਕੰਪਲੇਨੈਂਟ ਅਪਰੋਚ ਦੀ ਪਲੀਸ। ਯੈਸ ਯੈਸ।